बीते कुछ दिन पहला मोगा च कावड़ी सवारियां ते लाठीचार्ज अते गोलीबारी की घटना वापरी सी, जिस नूं लैके शिवसेना हिंदुस्तान की ऊच पदरी टीम राष्ट्रीय जनरल सकत्तर पंजाब अते हरियाणा के इंचार्ज कृष्ण शर्मा ने अज मोगा के निजी हस्पताल च जख्मी कावड़ियां का हाल चाल जानन अते स्थिति का जायजा लैण दे लई पहुंचे ने। इस मौके कृष्ण शर्मा संदीप तेम ने अपने सांझे बयान विच कहा है कि सावन का पवित्र महीना चल रहा है अते जिस दे विच करोड़ां शिव भगतां दी आस्था जुड़ी हुई है अते मोगा विखे आए कावड़ियां ते अजिही घटना बहुत ही मंदभागी है। उन्होंने कहा कि कावड़ सवारां ते अजिही कार्रवाई पंजाब सरकार अते पंजाब पुलिस दे अक्ष नूं ढाल लगाउंदी है। उन्होंने कहा कि जिथे पंजाब दे सीनियर अधिकारी DGP साहब समेत होर सीनियर अधिकारी पुलिस दा अक्ष बनाउण दे लई दिन रात मेहनत करदे ने ते इही कुछ पुलिस मुलाजम अजिही हरकत करके पुलिस दा अक्ष खराब करन दी कोशिश करदे ने। उक्त आगुआं ने DGP साहब अते मुख्यमंत्री पंजाब तों मंग कीती है कि लाठीचार्ज करन वालियां दे खिलाफ सख्त कार्रवाई की जाए अते उन्हां नूं मुअत्तल कीता जाए। उपरोक्त आगुआं ने कहा कि अजिहे माहौल दे विच संजम वरतना चाहीदा सी। इस दे नाल ही आगुआं ने कहा कि अजिहे माहौल दे विच पुलिस नूं संजम वरतना चाहीदा सी क्योंकि वड्डे मामलियां दे विच बहादुर पंजाब पुलिस स्थिति नूं संजम दे नाल संभालदी है अते मोगा च कावड़ियां ते लाठीचार्ज ते गोलीबारी करनी मंदभागी घटना है। इस दे नाल उन्हां ने होर की कुछ कहा, जरा तुसीं वी सुनो। ਪਿਛਲੇ ਦਿਨੀ ਕਾਵੜੀਆਂ ਦੇ ਉੱਤੇ ਅਤਿਆਚਾਰ ਹੋਇਆ, ਪੁਲਿਸ ਵੱਲੋਂ ਜਿਹੜਾ ਲਾਠੀਚਾਰਜ ਕੀਤਾ ਗਿਆ, ਤੁਸੀਂ ਅੱਜ ਪਹੁੰਚੇ ਹੋ ਉਹਨਾਂ ਦਾ ਹਾਲ ਚਾਲ ਜਾਣਨ ਲਈ, ਕੀ ਕਹੋਗੇ? ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਸਾਡੇ ਰਾਸ਼ਟਰੀ ਅਧਿਕਸ਼ ਹਿੰਦੂ ਫਿਰ ਦੇ ਸਮਰਾਟ ਸ਼ੇਰੇ ਹਿੰਦ ਮਾਨਯ ਸ਼੍ਰੀ ਪਵਨ ਗੁਪਤਾ ਜੀ ਨੇ ਸਾਨੂੰ ਆਦੇਸ਼ ਦਿੱਤਾ ਸੀ ਕਿ ਜਿਹੜੀ ਮੰਦਭਾਗੀ ਘਟਨਾ ਮੋਗੇ ਦੇ ਵਿੱਚ ਹੋਈ ਹੈ, ਜਿਹੜਾ ਕਾਵੜੀਆਂ 'ਤੇ ਲਾਠੀਚਾਰਜ ਹੋਇਆ ਜਾਂ ਹਵਾਈ ਫਾਇਰ ਹੋਇਆ, ਉਸ ਦੇ ਵਾਸਤੇ ਸਾਨੂੰ ਬੜਾ ਖੇਦ ਹੈ, ਬੜਾ ਦੁੱਖ ਹੈ। ਇਹੋ ਜਿਹੀ ਮੰਦਭਾਗੀ ਘਟਨਾ ਨਹੀਂ ਹੋਣੀ ਚਾਹੀਦੀ। ਅੱਜ ਉਸੇ ਵਾਸਤੇ ਜਾਂਚ ਕਰਨ ਵਾਸਤੇ ਸਾਡੀ ਸ਼ਿਵ ਸੈਨਾ ਹਿੰਦੁਸਤਾਨ ਦੀ ਉੱਚ ਸਤਰੀ ਕਮੇਟੀ ਜਿਹੜੀ ਜਿਹਦੇ 'ਚ ਮੇਰੇ ਨਾਲ ਸਾਡੇ ਪੰਜਾਬ ਦੇ ਕਾਰਿਆਕਾਰੀ ਪ੍ਰਧਾਨ ਸੰਜੀਵ ਦੇਮ ਜੀ, ਬੋਬੀ ਮਿੱਤਲ ਜੀ ਉਦਯੋਗ ਸੈਨਾ ਦੇ ਪੰਜਾਬ ਪ੍ਰਧਾਨ ਹੈ, ਰਾਮ ਬਚਨ ਜੀ ਮੋਗੇ ਤੋਂ ਹੀ ਹੈ ਅਤੇ ਖੇਮ ਚੰਦ ਜੀ ਔਰ ਨਰਿੰਦਰ ਭਾਰਦਵਾਜ ਜੀ ਸਾਡੇ ਮਜ਼ਦੂਰ ਸੈਨਾ ਦੇ ਪ੍ਰਧਾਨ ਹੈ। ਅੱਜ ਅਸੀਂ ਇੱਥੇ ਪਹੁੰਚੇ ਹਾਂ, ਅਸੀਂ ਸਥਿਤੀ ਜਾਣਨ ਵਾਸਤੇ ਅਸੀਂ ਗੱਲਬਾਤ ਕੀਤੀ ਹੈ ਕਿ ਸਾਨੂੰ ਪਤਾ ਲੱਗਿਆ ਕਿ ਜਿਹੜੀ ਇਹ ਘਟਨਾ ਹੋਈ ਹੈ ਬੜੀ ਮੰਦਭਾਗੀ ਹੈ ਕਿਉਂਕਿ ਸਾਵਨ ਦਾ ਜਿਹੜਾ ਪਵਿੱਤਰ ਮਹੀਨਾ ਚੱਲ ਰਿਹਾ, ਕਰੋੜਾਂ ਹਿੰਦੂਆਂ ਦੀ ਜਿਹੜੀ ਆਸਥਾ ਹੈ ਇਸ ਮਹੀਨੇ ਦੇ ਨਾਲ ਜੁੜੀ ਹੁੰਦੀ ਹੈ ਔਰ ਕਾਵੜੀ ਹੈ ਜਿਹੜੇ ਕਾਵੜ ਯਾਤਰਾ ਕਰਕੇ 300-400 ਕਿਲੋਮੀਟਰ ਪੈਦਲ ਚੱਲ ਕੇ ਗੰਗਾ ਜਲ ਲਿਆ ਕੇ ਭੋਲੇ ਨੂੰ ਅਰਪਿਤ ਕਰਦੇ ਹੈ। ਔਰ ਅਗਰ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਉੱਥੇ ਨਹੀਂ ਹੋਣੀ ਚਾਹੀਦੀ ਸੀ। ਅਸੀਂ ਸਮਝਦੇ ਹਾਂ ਕਿ ਜਿਸ ਤਰ੍ਹਾਂ UP ਦੇ ਵਿੱਚ ਫੁੱਲਾਂ ਦੀ ਵਰਖਾ ਹੁੰਦੀ ਹੈ ਔਰ ਅੱਜ ਮੋਗੇ ਦੇ ਵਿੱਚ ਲਾਠੀਚਾਰਜ, ਜਿਹੜੇ ਸ਼ਿਵ ਸੈਨਾ ਹਿੰਦੁਸਤਾਨ ਦਾ ਇਹ ਕਹਿਣਾ ਹੈ ਕਿ ਜਿਹੜੇ ਅਫਸਰ ਹੈ, DG ਸਾਹਿਬ ਹੈ ਜਾਂ ਸਰਕਾਰ ਹੈ, ਅੱਛਾ ਕੰਮ ਕਰ ਰਹੀ ਹੈ, ਅੱਛੀ ਛਵੀ ਵਾਸਤੇ, ਆਪਣੀ ਛਵੀ ਬਣਾਉਣ ਵਾਸਤੇ ਕੰਮ ਕਰ ਰਹੀ ਹੈ, ਪਰ ਉੱਥੇ ਕਿਤੇ ਨਾ ਕਿਤੇ ਜਿਹੜੇ ਛੋਟੇ ਮੁਲਾਜ਼ਮ ਹੈ ਜਿਨ੍ਹਾਂ ਨੇ ਇਹ ਲਾਠੀਚਾਰਜ ਕੀਤਾ ਹੋਇਆ, ਨਹੀਂ ਹੋਣਾ ਚਾਹੀਦਾ ਸੀ, ਸੰਯਮ ਨਾਲ ਕੰਮ ਲੈਣਾ ਚਾਹੀਦਾ ਸੀਗਾ। ਵੱਡੀਆਂ ਵੱਡੀਆਂ ਗੱਲਾਂ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਹੈ, ਪੰਜਾਬ ਪੁਲਿਸ ਦੀ ਫੋਰਸ ਹੈ, ਅੱਛਾ ਕੰਮ ਕਰਦੀ ਹੈ। ਇਹੋ ਜਿਹੀ ਕੋਈ ਵੱਡੀ ਘਟਨਾ ਸੀ ਜਿਹਨੂੰ ਸੰਯਮ ਨਾਲ ਆਪਾਂ ਨਿਪਟਾ ਸਕਦੇ ਸੀ, ਜਿਵੇਂ ਪਿੱਛੇ ਜੇ ਅੰਮ੍ਰਿਤਪਾਲ ਸਿੰਘ ਨੇ ਕੀਤਾ ਸੀਗਾ, ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਲੈ ਕੇ ਉਹਨੇ ਥਾਣੇ ਦਾ ਘਿਰਾਵ ਕਰਨ ਦੀ ਕੋਸ਼ਿਸ਼ ਕੀਤੀ, ਬੜਾ ਵੱਡਾ ਕਾਂਡ ਸੀ, ਬੰਦੇ ਚਾਹੇ ਗਲਤ ਸੀ ਉਹਨਾਂ ਨੇ ਗਲਤੀ ਕੀਤੀ ਸੀ, ਪਰ ਉੱਥੇ ਵੀ ਪੁਲਿਸ ਪ੍ਰਸ਼ਾਸਨ ਨੇ ਬੜਾ ਸੰਯਮ ਦਾ ਪਰਚੇ ਦਿੰਦੇ ਹੋਏ ਉਸ ਚੀਜ਼ ਨੂੰ ਬੜੇ ਤਰੀਕੇ ਨਾਲ ਹੈਂਡਲ ਕੀਤਾ ਸੀਗਾ। ਅਸੀਂ ਸਮਝਦਾ ਕਿ ਉਰੇ ਵੀ ਇਹ ਸੰਯਮ ਨਾਲ ਹੈਂਡਲ ਹੋ ਸਕਦਾ ਸੀ। ਮੰਨ ਲਓ ਕਿਸੇ ਵੱਲੋਂ ਸਾਨੂੰ ਇਹ ਸੁਣਨ 'ਚ ਮਿਲਿਆ ਕਿ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਦਾਰੂ ਪੀਤੀ ਨਹੀਂ ਪੀਤੀ, ਅਸੀਂ ਉਹ ਸਾਨੂੰ ਉਸ ਬਾਰੇ ਨਹੀਂ ਪਤਾ, ਜੇ ਇੱਧਰੋਂ ਕਿਸੇ ਪਾਸੋਂ ਹੁੜਦੰਗ ਹੋਇਆ, ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਸੀਗੀ ਉਹਦੇ ਵਿੱਚ ਵੀ ਪ੍ਰਸ਼ਾਸਨ ਨੂੰ, ਪੁਲਿਸ ਨੂੰ ਸੰਯਮ ਨਾਲ ਕੰਮ ਲੈਣਾ ਚਾਹੀਦਾ ਸੀ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਗਲਤੀ ਕੀਤੀ ਹੈ, ਲਾਠੀਚਾਰਜ ਕੀਤਾ, ਜਿਹੜੇ ਇੰਜਰਡ ਕੀਤੇ ਗਏ, ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਉਹ ਜਿਹੜੇ ਮੁਲਾਜ਼ਮ ਹੈ ਉਹ ਨਿਲੰਬਿਤ ਹੋਣੇ ਚਾਹੀਦੇ ਹੈ, ਤਾਂ ਕਿ ਜਿਹੜੀ ਬਹਾਦਰ ਪੁਲਿਸ ਫੋਰਸ ਜਿਹੜੀ ਹੈ ਇਹ ਛਵੀ ਸਹੀ ਬਣੀ ਰਹਿ ਸਕੇ। ਸਰ, ਪੁਲਿਸ ਨੇ ਕਾਫੀ ਜਿਹੜਾ ਕਾਵੜੀਆਂ ਨੂੰ ਸਮਝਾਇਆ ਗਿਆ ਸੀ ਕਿ ਤੁਸੀਂ ਕਾਨੂੰਨ ਆਪਣੇ ਹੱਥ 'ਚ ਨਾ ਲਓ, ਬਣਦੀ ਕਾਰਵਾਈ ਕੀਤੀ ਜਾਏਗੀ, ਲਿਖਤੀ ਰੂਪ 'ਚ ਸ਼ਿਕਾਇਤ ਦਿੱਤੀ ਜਾਵੇ, ਪਰ ਕਾਵੜੀਏ ਜਿਹੜੇ ਹੈ ਪੁਲਿਸ ਦੇ ਉੱਤੇ ਵੀ ਜਿਹੜਾ ਲਾਠੀਚਾਰਜ ਕਰਨ ਲੱਗ ਗਏ, ਕੁੱਟਮਾਰ ਕਰਨ ਲੱਗ ਗਏ। ਨਹੀਂ, ਮੈਂ ਦੇਖੋ ਪਹਿਲਾਂ ਹੀ ਉਸੇ ਗੱਲ ਨੂੰ ਕਹਿ ਰਿਹਾ ਕਿ ਅਗਰ ਕਾਵੜੀਆਂ ਵੱਲੋਂ ਵੀ ਕੋਈ ਗਲਤੀ ਹੋਈ ਹੈ, ਮੰਨ ਲਓ ਹੋ, ਕਈ ਵਾਰ ਹਜੂਮ ਜ਼ਿਆਦਾ ਹੁੰਦਾ, ਕਈ ਵਾਰ ਹੋ ਜਾਂਦੀ ਹੈ ਗਲਤੀ ਵੀ, ਪਰ ਉੱਥੇ ਜਿਹੜਾ ਸੰਯਮ ਨਾਲ ਕੰਮ ਲੈਂਦੇ ਇਹਨੂੰ ਤਰੀਕੇ ਨਾਲ ਹੈਂਡਲ ਕੀਤਾ ਜਾ ਸਕਦਾ ਸੀ, ਜਿਹਦੇ ਵਾਸਤੇ ਇਹਨਾਂ ਦੇ ਉੱਤੇ ਲਾਠੀਚਾਰਜ ਕਰਕੇ ਜਾਂ ਜਿਸ ਤਰ੍ਹਾਂ ਮੈਂ ਕੰਡੀਸ਼ਨ ਦੇਖ ਰਿਹਾ, ਇਸ ਤਰ੍ਹਾਂ ਦੀ ਨੌਬਤ ਨਹੀਂ ਆਉਣੀ ਚਾਹੀਦੀ ਸੀ। ਪਰ ਮੈਨੂੰ ਬੜੀ ਖੁਸ਼ੀ ਹੈ ਅੱਜ ਡਾਕਟਰ ਸਾਹਿਬ ਨੂੰ ਮਿਲਿਆ, ਥੱਲੇ ਜਾ ਕੇ ਗੱਲ ਕੀਤੀ ਹੈ, ਕਿਉਂਕਿ ਇਹ ਬਹੁਤ ਗਰੀਬ ਪਰਿਵਾਰ ਤੋਂ ਲੋਕ ਹੈ, ਮੈਂ ਸਮਝਦਾ ਇਹਨਾਂ ਦੇ ਕਿਸੇ ਦੇ ਘਰ ਦੇ ਉੱਤੇ ਕੋਈ ਕਮਾਉਣ ਵਾਲਾ ਵੀ ਹੈ ਨਹੀਂ ਗਾ, ਲੜਕਾ ਇਕੱਲਾ ਇਕੱਲਾ ਕੰਮ ਕਰਨ ਵਾਲਾ, ਸਾਰੇ ਹੈਂਡ ਟੂ ਮਾਊਥ ਵਾਲੇ ਜਿਹੜੇ ਲੋਕ ਹੈ, ਜਿਹੜੇ ਇਸ ਟਾਈਮ ਇੰਜਰਡ ਹੋਏ ਆ, ਸ਼ਿਵ ਭਗਤ ਹੈ,
इन्हों के खर्चे की भी प्रॉब्लम आ रही थी, पर जो अभी डॉक्टर साहब मिला सूँ बड़ा अच्छा लगे। डॉक्टर साहब ने दसिया कि एस एस पी साहब ने डीसी साहब ने उन्होंने यह कहा वा कि इन्हों इलाज की कोई दिक्कत नहीं। डॉक्टर साहब ने कहा तुम इन्हों का इलाज करो, तुम पैसे की चिंता नहीं करनी। चलो अच्छी गल है, असं यही कहना चाहते हैं कि जोड़ा उच्च अधिकारी है, व्डे जोड़े अफसर है पुलिस की प्रशासन की छवि अच्छा बना रहे हैं, वो वास्ते दिन रात मेहनत कर रहे हैं, और नीचे ही कुछ कालिया पेटा गलत बंदे जोड़े है यह छवि खराब कर रहे हैं। इन लोगों की कार्रवाई होनी चाहिए है ताकि संयम न काम लेते हुए पुलिस की छवि बरकरार रखा जा सके। सानू जो पता लगे चार जो कावड़ी इंजर्ड हुए थे, जिन्होंने तीन तो इतने दाखिल है, जिन्होंने गंभीर सट्टा वजिया, जिन्होंने दोवों के पैरों के लत्तों के जी स्टील रड पई है, मेरे ख्याल प्लेटा पई हैं, और एक तो हंस भी फ्रैक्चर होया हुआ जो एक्सीडेंट के होया, जो भी कम्युनिकेट गैप होया वह नहीं होना चाहिए। अभी बड़ी मंदभागी घटना सावन के महीने के शिव भगतों के यह जी जी गल जी हुई है, किसी पासों भी गलती हुई वह नहीं होनी चाहिए, संयम के नाल कम लेना चाहिए सगा। और असं अज इतने आए हैं, साडा जो शिष्टमंडल आया, पार्टी प्रधान ने साड़ी जी ड्यूटी लगाई है, असं जी अपनी रिपोर्ट अपने पार्टी प्रधान को देवे, उस तो बाद जो विचार वटांदा करके जो हिंदू संगठन गल करके जो भी रणनीति अगे की होगी, साडे पार्टी मनुख जो आदेश देणगे असं उस हिसाब नाल काम करांगे।